ਨਮਸਕਾਰ, ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ। ਅੱਡਾ ਰਣਜੀਤ ਬਾਗ ਵਿਖੇ ਮੋਬਾਈਲ ਰਿਪੇਅਰ ਦੀ ਦੁਕਾਨ ਦੀ ਪਿਛਲੀ ਕੰਧ ਦੇ ਵਿੱਚ ਛੋਟਾ ਜਿਹਾ ਪਾੜ ਪਾ ਕੇ ਇੱਕ ਹਲਕੀ ਜਿਹੀ ਉਮਰ ਦਾ ਚੋਰ ਦੁਕਾਨ ਦੇ ਵਿੱਚ ਵੜ ਗਿਆ ਤੇ ਦੁਕਾਨ ਦੇ ਵਿੱਚੋਂ 3 ਮੋਬਾਈਲ ਕਵਰ ਅਤੇ ਹੋਰ ਅਸੈਸਰੀ ਦੇ ਨਾਲ 1,000 ਰੁਪਏ ਦੀ ਨਕਦੀ ਵੀ ਚੋਰੀ ਕਰ ਲੈ ਗਿਆ। ਚੋਰੀ ਦੀ ਇਹ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ, ਜਿਸ ਅਨੁਸਾਰ ਸਵੇਰੇ 4:28 ਤੋਂ ਲੈ ਕੇ 4:43 ਤੱਕ ਚੋਰ ਦੁਕਾਨ ਦੇ ਅੰਦਰ ਵੜ ਕੇ ਫਰੋਲ ਫਰਾਲੀ ਕਰਦਾ ਰਿਹਾ ਤੇ ਜੋ ਵੀ ਉਸਨੂੰ ਚੰਗਾ ਲੱਗਿਆ ਉਹ ਸਭ ਚੋਰੀ ਕਰਕੇ ਲੈ ਗਿਆ। ਦੁਕਾਨ ਮਾਲਕ ਕਰਨਵੀਰ ਸਿੰਘ ਅਨੁਸਾਰ 6 ਮਹੀਨੇ ਪਹਿਲਾਂ ਵੀ ਉਸਦੀ ਦੁਕਾਨ ਦੇ ਵਿੱਚ ਚੋਰਾਂ ਨੇ ਚੋਰੀ ਕਰ ਲਈ ਸੀ, ਜਿਸ ਕਾਰਨ ਉਸਦਾ 1.5 ਲੱਖ ਰੁਪਏ ਦਾ ਨੁਕਸਾਨ ਹੋਇਆ ਸੀ। ਅਜੇ ਇਹ ਚੋਰੀ ਦੀ ਵਾਰਦਾਤ ਸੁਲਝਾਈ ਨਹੀਂ ਜਾ ਸਕੀ ਅਤੇ ਅੱਜ ਫਿਰ ਦੁਬਾਰਾ ਉਸਦੀ ਦੁਕਾਨ ਦੇ ਵਿੱਚ ਚੋਰੀ ਕਰ ਲਈ ਗਈ ਹੈ, ਜੋ ਪੁਲਿਸ ਪ੍ਰਸ਼ਾਸਨ ਦੇ ਪ੍ਰਬੰਧਾਂ ਤੇ ਸਵਾਲੀਆ ਨਿਸ਼ਾਨ ਖੜੇ ਕਰਦਾ ਹੈ। ਉਸਨੇ ਦੱਸਿਆ ਕਿ ਚੋਰਾਂ ਵੱਲੋਂ ਦੁਕਾਨ ਦੇ ਪਿੱਛੇ ਵਾਲੀ 9 ਇੰਚੀ ਕੰਧ ਦੇ ਵਿੱਚ ਲਗਭਗ 10 ਇੰਚ ਦਾ ਪਾੜ ਪਾਇਆ ਗਿਆ ਅਤੇ ਇੰਨੇ ਛੋਟੇ ਜਿਹੇ ਪਾੜ ਦੇ ਵਿੱਚੋਂ ਹੀ ਚੋਰ ਦੁਕਾਨ ਦੇ ਅੰਦਰ ਵੜਿਆ। ਅੰਦਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਇੱਕ ਛੋਟੀ ਜਿਹੀ ਉਮਰ ਦਾ ਨਕਾਬਪੋਸ਼ ਚੋਰ ਕੈਦ ਵੀ ਹੋਇਆ ਹੈ, ਜੋ ਦੁਕਾਨ ਦੇ ਅੰਦਰ ਲਗਭਗ 15 ਮਿੰਟ ਫਰੋਲਾ ਫਰਾਲੀ ਕਰਦਾ ਰਿਹਾ ਤੇ 3 ਮੋਬਾਈਲ ਅਤੇ ਅਸੈਸਰੀ ਦੇ ਨਾਲ ਦੁਕਾਨ ਦੇ ਵਿੱਚ ਪਿਆ 1,000 ਰੁਪਏ ਦਾ ਕੈਸ਼ ਨਾਲ ਲੈ ਗਿਆ। ਉਸਨੇ ਕਿਹਾ ਕਿ ਇਲਾਕੇ ਦੇ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ, ਪਰ ਪੁਲਿਸ ਪ੍ਰਸ਼ਾਸਨ ਵੱਲੋਂ ਰਾਤ ਦੀ ਗਸ਼ਤ ਵਧਾਉਣ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਅਤੇ ਹੁਣ ਦੁਕਾਨਦਾਰ ਮਿਲ ਕੇ ਆਪਣੇ ਤੌਰ ਤੇ ਚੌਕੀਦਾਰ ਰੱਖਣ ਦੀ ਸਲਾਹ ਕਰ ਰਹੇ ਹਨ, ਪਰ ਪੁਲਿਸ ਪ੍ਰਸ਼ਾਸਨ ਨੂੰ ਵੀ ਚੋਰਾਂ ਨੂੰ ਠੱਲ ਪਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਗੁਰਦਾਸਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਲਵਪ੍ਰੀਤ ਸਿੰਘ, ਖੁਸ਼ੀਪੁਰ ਦੀ ਰਿਪੋਰਟ। ਰਣਵੀਰ ਸਿੰਘ ਜੀ, ਕੱਲ੍ਹ ਮੈਂ ਆਪਣੀ ਦੁਕਾਨ ਸ਼ਾਮ 7 ਵਜੇ ਬੰਦ ਕਰਕੇ ਘਰ ਚਲ ਗਿਆ ਸੀਗਾ ਅਤੇ ਅੱਜ ਸਵੇਰੇ ਜਦੋਂ ਮੈਂ 9:30 ਵਜੇ ਦੁਕਾਨ 'ਤੇ ਆਇਆ ਤਾਂ ਮੈਂ ਆਪਣੇ ਵੱਲੋਂ ਸ਼ਟਰ ਪੂਰਾ ਖੋਲ੍ਹਿਆ, ਆਪਣੇ ਲੌਕ ਆਪੇ ਖੋਲ੍ਹੇ। ਜਦ ਅੰਦਰ ਆਇਆ ਤਾਂ ਵੇਖਿਆ ਕਿ ਮੇਰੇ ਸਾਰੇ ਦਰਾਜ਼ ਜਿਹੜੇ ਸੀ ਉਹ ਖੁੱਲ੍ਹੇ ਹੋਏ ਸੀਗੇ ਅਤੇ ਕੱਲ੍ਹ ਮੈਂ ਸੋਚਿਆ ਕਿ ਉਹ ਦਰਾਜ਼ ਕੋਈ ਖੋਲ੍ਹ ਕੇ ਨਹੀਂ ਗਿਆ, ਫਿਰ ਮੈਂ ਅਚਾਨਕ ਮਗਰਲੇ ਪਾਸੇ ਦੇਖਿਆ ਅਤੇ ਮੇਰੀ ਜਿਹੜੀ ਕੰਧ ਸੀ ਦੁਕਾਨ ਦੇ ਪਿਛਲੇ ਪਾਸੇ ਉਹ ਤੋੜੀ ਹੋਈ ਸੀ। ਉਹ 'ਚੋਂ ਸਿਰਫ 10-12 ਇੰਚ ਦੀ ਜਗ੍ਹਾ ਦੇ ਵਿੱਚੋਂ ਹੀ ਚੋਰ ਅੰਦਰ ਲੰਘ ਗਿਆ ਅਤੇ ਉਹਨੇ ਮੇਰੀ ਸਾਰੀ ਦੁਕਾਨ ਦੀ ਫੁੱਲਾ ਫਲੀ ਕੀਤੀ ਅਤੇ 2-3 ਫੋਨ ਸੀ ਕਾਕਾ ਦੇ, ਇੱਕ ਮੇਰਾ ਆਪਣਾ ਸੀਗਾ ਸੈਮਸੰਗ ਦਾ G7 ਅਤੇ ਉਹ ਚੋਰੀ ਕੀਤਾ ਗਿਆ ਅਤੇ ਕੁਛ ਪੈਸੇ ਸੀਗੇ ਮੇਰੇ 1,000 ਤੋਂ 1,500 ਰੁਪਇਆ ਉਹ ਚੋਰੀ ਕੀਤੇ ਗਏ ਨੇ, ਕੁਛ ਭਾਨ ਸੀਗਾ ਉਹ ਵੀ ਚੋਰੀ ਕੀਤਾ ਗਿਆ ਅਤੇ ਮੇਰੀ ਹਰ ਚੀਜ਼ ਨੂੰ ਚੰਗੀ ਤਰ੍ਹਾਂ ਫੋਲਿਆ ਗਿਆ, ਜਿਸ ਕਰਕੇ ਕਾਫੀ ਸਮਾਨ ਉਹ ਲੈ ਗਿਆ ਜੇ ਨਾਲ ਅਸੈਸਰੀਜ਼ ਆਈਫੋਨ ਦੇ ਕਵਰਸ ਵਗੈਰਾ। ਕਿੱਥੇ ਦੁਕਾਨ ਕਿੱਥੇ ਆਪਣੀ? ਮੇਰੀ ਦੁਕਾਨ ਰਜੀਤ ਬਾਗ ਅੱਡੇ ਵਿੱਚ ਆਈ, GT ਰੋਡ ਦੇ ਨਾਲ। ਪਤਾ ਲੱਗਿਆ ਪਹਿਲੇ ਵੀ ਚੋਰੀ ਹੋਈ ਸੀ, ਕੀ ਹੋਇਆ ਸੀ ਪਹਿਲੇ? ਪਹਿਲੀ ਚੋਰੀ ਮੇਰੀ 5 ਜੁਲਾਈ 2023 ਨੂੰ ਹੋਈ ਸੀ ਸਵੇਰੇ 3:20 'ਤੇ। ਉਦੋਂ ਮੇਰਾ ਲੈਪਟੋਪ ਸੈਮਸੰਗ S8+ ਫੋਨ ਨਾਲ 24 ਇੰਚ ਦੀ ਬਲੂ ਫੈਦਰ ਕੰਪਨੀ ਦੀ LED ਡਿਸਪਲੇ ਅਤੇ ਫਿੰਗਰਪ੍ਰਿੰਟ ਮਸ਼ੀਨ, ਲੈਮੀਨੇਸ਼ਨ ਮਸ਼ੀਨ ਅਤੇ ਉਦੋਂ ਵੀ ਮੇਰਾ 4-5 ਹਜ਼ਾਰ ਰੁਪਇਆ ਪਿਆ ਸੀਗਾ, ਉਹ ਵੀ ਲੈ ਗਏ ਸੀ ਨਾਲ। ਉਦੋਂ ਮੇਰਾ ਤਕਰੀਬਨ 1.5 ਲੱਖ ਦਾ ਨੁਕਸਾਨ ਹੋਇਆ ਸੀ। ਲਗਾਤਾਰ ਚੋਰੀਆਂ ਹੋ ਰਹੀਆਂ, ਕੀ ਮੰਗ ਕਰਨਾ ਚਾਹੁੰਦੇ ਹੋ ਪੁਲਿਸ ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਤੋਂ ਮੇਰੀ ਇਹੀ ਮੰਗ ਹੈ ਅਤੇ ਜਿਹੜੀਆਂ ਵੱਧਦੀਆਂ ਚੋਰੀਆਂ ਨੂੰ ਰੋਕਿਆ ਜਾਵੇ ਅਤੇ ਉਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਜਾਂ ਕੋਈ ਦੁਕਾਨਾਂ ਵਾਸਤੇ ਜਿਹੜੇ ਚੌਂਕੀਦਾਰ ਨੇ ਰਾਤ ਵਾਸਤੇ ਅਵੇਲੇਬਲ ਹੁੰਦੇ ਨੇ ਉਹਨਾਂ ਨੂੰ ਮੁਹੱਈਆ ਕਰਾਇਆ ਜਾਵੇ, ਸਾਰਿਆਂ ਨੂੰ ਆਪਣੇ ਜ਼ੋਰ 'ਤੇ ਕਹਿ ਕੇ ਕਰਵਾਉਣ, ਕਿਉਂਕਿ ਇੱਕ ਵਾਰੀ ਕਹਿ ਜਾਂਦੇ ਨੇ ਮਾਰਕੀਟ ਵਾਲੇ ਪਰ ਕੋਈ ਵੀ ਚੌਂਕੀਦਾਰ ਇੱਥੇ ਰੱਖਿਆ ਨਹੀਂ ਜਾਂਦਾ।